ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸੁਖਪਾਲ ਸਿੰਘ ਖਹਿਰਾ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ DSO ਦੇ ਉਹਨਾਂ ਕਾਰਕੁਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਹੋਸਟਲ ਐਂਟਰੀ ਲਈ 24 ਘੰਟੇ ਖੁੱਲ੍ਹ ਦੇਣ ਦੀ ਮੰਗ ਨੂੰ ਲੈ ਕੇ ਧਰਨਾ ਲਾ ਰੱਖਿਆ ਸੀ। ਸੁਖਪਾਲ ਖਹਿਰਾ ਨੇ DSO ਦੇ ਵਿਦਿਆਰਥੀਆਂ ਨਾਲ ਕਰੀਬ ਅੱਧਾ ਘੰਟਾ ਬਿਤਾਇਆ, ਜਦਕਿ ਕੁੜੀਆਂ ਨੂੰ ਹੋਸਟਲ ਵਿੱਚ 24 ਘੰਟੇ ਐਂਟਰੀ ਦੀ ਖੁੱਲ੍ਹ ਦੇਣ ਦਾ ਵਿਰੋਧ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਉਹਨਾਂ ਕੋਈ ਗੱਲਬਾਤ ਨਹੀਂ ਕੀਤੀ, ਜਿਸ ਕਾਰਨ ਇਸ ਧੜੇ ਦੇ ਵਿਦਿਆਰਥੀਆਂ ਨੇ ਰਵਾਨਗੀ ਵੇਲੇ ਸੁਖਪਾਲ ਖਹਿਰਾ ਦੀ ਗੱਡੀ ਨੂੰ ਘੇਰ ਲਿਆ ਅਤੇ ਖਹਿਰਾ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਮਗਰੋਂ ਖਹਿਰਾ ਨੇ ਗੱਡੀ ਤੋਂ ਉਤਰ ਕੇ ਯੂਨੀ ਦੇ ਮੁੱਖ ਗੇਟ ਤੱਕ ਪੈਂਡਾ ਤੈਅ ਕੀਤਾ ਅਤੇ ਆਖਿਰਕਾਰ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਚੱਲਦੇ ਬਣੇ। ਬਿਲਕੁਲ ਸਖ਼ਤ ਖਿਲਾਫ਼ ਹਾਂ, ਸਾਰਾ ਸਮਾਜ ਖਿਲਾਫ਼ ਹੈ, ਅਸੀਂ ਇਕੱਲੀ ਇੱਕ ਪਾਰਟੀ ਨਹੀਂ, ਅਸੀਂ 7-8 ਪਾਰਟੀਆਂ ਇਹਨਾਂ ਦੇ ਖਿਲਾਫ਼ ਹਾਂ, ਸਾਰਾ ਸਮਾਜ ਖਿਲਾਫ਼ ਹੈ। ਸੁਖਪਾਲ ਖਹਿਰਾ ਜੀ ਅੱਜ ਆਏ, ਕੱਲ੍ਹ ਕਿਸਾਨ ਯੂਨੀਅਨ ਨੂੰ ਅਸੀਂ ਰੋਕਿਆ, ਅਸੀਂ ਉਹਨਾਂ ਨੂੰ ਪੁੱਛਿਆ ਕੀ ਕਰਨਾ ਹੈ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ, ਝੂਠੀ ਲੀਡਰੀ ਚਮਕਾਉਣ। ਇਹੀ ਸੇਮ ਅੱਜ ਕੰਮ ਕੀਤਾ ਸੁਖਪਾਲ ਖਹਿਰਾ ਜੀ ਨੇ, ਜਿਹੜਾ ਇਹਨਾਂ ਨੇ ਗਲਤ ਪਰਚੇ ਕਰਾਏ ਨੇ ਸਾਡੇ ਮੁੰਡਿਆਂ ਤੋਂ ਵਾਪਸ ਲੈਣ, ਸਾਡੇ ਜਿਹੜੇ ਮੁੰਡਿਆਂ 'ਤੇ ਇਹਨਾਂ ਨੇ ਗਲਤ ਪਰਚੇ ਕਰਾਏ ਨੇ ਸਾਰਿਆਂ ਦੇ ਕੋਲ ਬਕਾਇਦਾ ਪਰੂਫ ਹੈ। ਅਸੀਂ ਜ਼ਿੰਮੇਵਾਰ ਹਾਂ, ਜੇ ਸਾਡਾ ਇੱਕ ਵੀ ਮੁੰਡਾ, ਇਹਨਾਂ ਨੇ ਕਿਹਾ ਨਾ ਕਿ ਕੁੜੀਆਂ ਨਾਲ ਬਦਤਮੀਜ਼ੀ, ਕੁੜੀਆਂ ਨਾਲ ਗਲਤ ਹਰਕਤ, ਜੇ ਇੱਕ ਵੀ ਮੁੰਡਾ ਸਾਡਾ ਜ਼ਿੰਮੇਵਾਰ ਹੁੰਦਾ ਅਸੀਂ ਆਪ ਪੇਸ਼ ਕਰਾਵਾਂਗੇ, ਉਹਦੀ ਬਣਦੀ ਸਜ਼ਾ ਵੀ ਦਵਾਵਾਂਗੇ। ਸਟੂਡੈਂਟਸ ਦਾ ਤਾਂ ਮੈਂ ਗੱਲ ਪਹਿਲਾਂ ਕਹਿ ਚੁੱਕਾ ਜੀ, ਉਹਨਾਂ ਦੀਆਂ ਕੁਛ ਜਸਟੀਫਾਈਡ ਗੱਲਾਂ ਨੇ। ਆਈ ਹੈਵ ਸਪੋਕਨ ਟੂ ਦੀ SSP ਜਿਹੜਾ ਵਾਇਲੈਂਸ ਹੋਇਆ ਪਰਸੋਂ, ਕਿਉਂਕਿ ਐਵਰੀਥਿੰਗ ਐਲਸ ਇਜ਼ ਐਕਸੈਪਟੇਬਲ, ਪਰ ਲੜਕੀਆਂ ਦੇ ਉੱਤੇ ਹਮਲਾ, ਉਹਨਾਂ ਦਾ ਕਿਸੇ ਤਰ੍ਹਾਂ ਦਾ ਅਸੋਲਟ ਇਜ਼ ਐਬਸੋਲੂਟਲੀ ਨੋਟ ਐਕਸੈਪਟੇਬਲ।